ਸਾਹਿਬ ਤੁਹਾਡੇ ਰਾਜ ਦੇ ਵਿੱਚ ਕੁਝ ਹੋ ਰਿਹਾ, ਕਾਂਗਰਸ ਦਾ ਰਾਜ ਅਸੀਂ ਤੁਹਾਨੂੰ ਮਿਲਦੇ ਹਾਂ। ਲੋਕ ਸਭਾ ਚੋਣਾਂ ਦੇ ਲੁਧਿਆਣਾ ਤੋਂ ਉਮੀਦਵਾਰ ਸਰਦਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਜੋੜੇ ਨੂੰ ਦਿੱਤਾ ਗਿਆ ਆਸ਼ਵਾਸਨ। ਜ਼ਿਕਰਯੋਗ ਹੈ ਕਿ ਉੱਘੇ ਸਮਾਜ ਸੇਵੀ ਸਰਦਾਰ ਪਵਨਦੀਪ ਸਿੰਘ ਵੱਲੋਂ ਵਾਰਡ ਨੰਬਰ 72 73 BRS ਨਗਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਦਾਰ ਬੈਂਸ ਵੱਲੋਂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਇੱਕ ਜੋੜੇ ਵੱਲੋਂ ਮੀਟਿੰਗ ਵਿੱਚ ਆ ਕੇ ਸਰਦਾਰ ਬੈਂਸ ਕੋਲੋਂ ਆਪਣੇ ਨਾਲ ਹੋਈ ਬਦਸਲੂਕੀ ਦੀ ਸ਼ਿਕਾਇਤ ਕੀਤੀ ਗਈ। ਗੌਰਤਲਬ ਹੈ ਕਿ ਇਸ ਜੋੜੇ ਦੀ ਸ਼ਿਕਾਇਤ ਪੁਲਿਸ ਜਾਂ ਕਿਸੇ ਵੀ ਲੀਡਰ ਵੱਲੋਂ ਨਹੀਂ ਸੁਣੀ ਗਈ। ਇਸ ਤੇ ਲੋਕ ਇਨਸਾਫ ਪਾਰਟੀ ਪ੍ਰਮੁੱਖ ਸਰਦਾਰ ਬੈਂਸ ਵੱਲੋਂ ਇਸ ਜੋੜੇ ਦੀ ਨਾ ਕੇਵਲ ਪਰੇਸ਼ਾਨੀ ਸੁਣੀ ਗਈ, ਬਲਕਿ ਮੌਕੇ ਤੇ ਹੀ ਕਮਿਸ਼ਨਰ ਨੂੰ ਫੋਨ ਕਰ ਸਰਦਾਰ ਬੈਂਸ ਵੱਲੋਂ ਮਾਮਲੇ ਦੀ ਤਹਿਕੀਕਾਤ ਦਾ ਭਰੋਸਾ ਵੀ ਦਿੱਤਾ ਗਿਆ। ਤੁਹਾਡੇ ਰਾਜ ਦੇ ਵਿੱਚ ਕੁਝ ਹੋ ਰਿਹਾ, ਕਾਂਗਰਸ ਦਾ ਰਾਜ ਹੈ, ਅਸੀਂ ਤੁਹਾਨੂੰ ਗਿਣਦੇ ਹਾਂ, ਅਸੀਂ ਤੁਹਾਨੂੰ ਗਿਣਦੇ। ਮੈਂ ਸਾਰੀ ਪਰਿਸਭਾ ਦੇ ਵਾਈਫ ਨੂੰ ਲੈ ਕੇ ਆਇਆ ਆਪਣੀ ਨੂੰ, ਔਰ ਮੈਂ ਦੱਸ ਕੇ ਮੈਨੂੰ ਦੱਸਿਆ ਪੁਲਿਸ ਵਾਲਿਆਂ ਨੇ, ਕਹਿੰਦੇ ਬੈਂਸ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ ਤੁਹਾਡਾ, ਉਹਨਾਂ ਨੇ ਫੋਨ ਨਹੀਂ ਚੱਕਿਆ, ਮੈਂ ਤੁਹਾਡੇ ਫੋਨ ਤੇ ਫੋਨ ਕੀਤਾ ਪਰਸਨਲ ਨੰਬਰ ਦੇ ਉੱਤੇ, ਤੁਸੀਂ ਨਹੀਂ ਚੱਕ ਸਕੇ, ਤੁਸੀਂ ਬਿਜ਼ੀ ਹੋ, ਮੈਨੂੰ ਦਿਖਦਾ ਪਿਆ ਉੱਥੇ ਬੈਂਸ ਸਾਹਿਬ। ਮੈਂ ਇੰਨੀ ਪਰਿਸਭਾ ਦੱਸ ਨਹੀਂ ਸਕਦਾ, ਪਰ ਉੱਥੇ ਕੋਈ ਆਪਣੀ ਧੀ ਭੈਣ ਜਾਂ ਜਨਾਨੀ ਨੂੰ ਨਹੀਂ ਲੈ ਕੇ ਜਾ ਸਕਦਾ, ਹੁਣੇ ਤੱਕ ਰੇਡ ਮਾਰ ਕੇ ਦੋ ਕੀ ਹੋ ਰਿਹਾ ਉੱਥੇ। ਬੈਂਸ ਸਾਹਿਬ ਇੰਨੀ ਵੱਡੀ ਪ੍ਰੋਬਲਮ, ਇਹ ਬਿੱਟੂ ਨੂੰ ਦਿਖਦਾ ਨੀ, ਇਹ ਬਿੱਟੂ ਬਿੱਟੂ ਮੇਰੇ, ਮੈਂ ਤਾਂ ਹੁਣ ਉਹਨੂੰ ਫੋਨ ਲੈ ਕੇ ਹਟਾ ਬਿੱਟੂ ਨੂੰ, ਇਹ ਤੈਨੂੰ ਦਿਖਦਾ ਨੀ, ਤੈਨੂੰ ਦਿਖਦਾ ਨੀ, ਤੂੰ 5 ਸਾਲ MP ਰਿਹਾ, ਤੂੰ ਦਿਖਦਾ ਤੈਨੂੰ ਵੀ ਕੀ ਹੋ ਰਿਹਾ ਇੱਥੇ, ਰੋਜ਼ਗਾਰੀ ਚ ਕੀ ਹੁੰਦਾ, ਮਿੰਨੀ ਰੱਖ ਵਕਤ ਚ ਕੀ ਹੁੰਦਾ। ਇਸ ਟਾਈਮ ਦੇ ਵਿੱਚ ਮੇਰੀ ਵਾਈਫ ਮੇਰੇ ਨਾਲ ਸੀ, ਔਰ ਅਸੀਂ ਅੰਦਰ ਬੜੀ ਇੰਜੋਏ, ਅਸੀਂ ਆਪਣਾ ਘੁੰਮ ਫਿਰ ਕੇ ਆ ਰਹੇ ਹਾਂ, ਔਰ ਤੁਹਾਨੂੰ ਪਤਾ ਇਸ ਟਾਈਮ ਉੱਥੋਂ ਕੀ ਦੇਖ ਕੇ ਆਏ ਹਾਂ, ਸ਼ਰਮ ਆ ਗਈ ਮੈਨੂੰ ਆਪਣੇ ਆਪ ਦੇ ਉੱਤੇ। ਮੈਂ ਪੁਲਿਸ ਨੂੰ ਕਹਿ ਰਿਹਾ, ਪੁਲਿਸ ਕਿਸੇ ਨੇ ਮੇਰੀ ਗੱਲ ਨੀ ਸੁਣੀ, DCR ਨੇ ਕਹਿ ਤਾ ਬੈਂਸ ਸਾਹਿਬ ਨੂੰ ਬੋਲਾ ਰਹੇ ਹੋ, ਬੈਂਸ ਸਾਹਿਬ ਦਾ ਉੱਥੇ ਪ੍ਰੋਬਲਮ ਚੱਲ ਰਿਹਾ। ਤੁਸੀਂ 2 ਮਿੰਟ ਜਸਟ ਬੈਠੋ, ਮੈਂ ਇੰਨੀ ਪਰਿਸਭਾ ਵਿੱਚ ਇੱਕ ਬੇਇੱਜ਼ਤੀ ਮਹਿਸੂਸ ਕਰਦਾ ਆਪਣੀ ਵਾਈਫ ਨੂੰ ਲੈ ਕੇ ਆਇਆ ਨਾਲ, ਮੈਂ ਤੁਹਾਡੇ ਮਾਣ ਹੈ ਬੈਂਸ ਸਾਹਿਬ, ਤੁਸੀਂ ਹਰ ਕੰਮ ਕੀਤਾ, ਸਾਨੂੰ ਤੁਹਾਡੇ ਤੇ ਮਾਣ ਹੈ ਜੀ, ਤੁਸੀਂ ਆਵਾਜ਼ ਚੁੱਕੀ ਹੈ। ਨਹੀਂ ਨਹੀਂ ਨਹੀਂ, ਸਾਨੂੰ ਤੁਹਾਡੇ ਤੇ ਮਾਣ ਹੈ, ਤੁਸੀਂ ਆਵਾਜ਼ ਚੁੱਕੀ ਹੈ, ਮੈਨੂੰ ਕੋਈ ਬੰਦਾ ਰੋਕ ਸਕਦਾ ਨਹੀਂ ਗੋਲੀ ਬੋਲਣ ਤੋਂ, ਜੇ ਕੋਈ ਬੰਦਾ ਰੋਕੂਗਾ ਮੈਨੂੰ ਜਵਾਬ ਸਵਾਲ ਕਰੇ, ਚਲੋ ਮੇਰੇ ਨਾਲ ਤੋਂ ਦਿਖਾਵਾ ਕੀ ਚੱਲ ਰਿਹਾ, ਸਾਨੂੰ ਵੀ ਮਾਣ ਹੈ, ਤੁਸੀਂ ਆਵਾਜ਼ ਚੁੱਕੀ ਹੈ, ਅਸੀਂ ਸੈਰ ਨਹੀਂ, ਬਿੱਟੂ ਕਿੱਥੇ ਹੈ ਇਸ ਟਾਈਮ, ਬਿੱਟੂ ਦਾ ਨੰਬਰ ਕੀ ਹੈ ਇਸ ਟਾਈਮ, ਬਿੱਟੂ ਕੀ ਹੈ, ਬਿੱਟੂ ਕੀ ਹੈ ਇਸ ਟਾਈਮ, ਜੋ ਨੰਬਰ ਦੇ ਬਿੱਟੂ ਦਾ ਮੈਨੂੰ। ਬਿਊਰੋ ਰਿਪੋਰਟ, ਲੁਧਿਆਣਾ ਵਿਊ।